ਇਸ ਟਾਈਮ ਅਸੀਂ ਜੀ ਮੌਜੂਦ ਹਾਂ ਹੈੱਡ ਦੇ ਉੱਤੇ, ਯਾਨੀ ਕਿ ਨਾ ਨਹਿਰ ਦਾ ਇੱਕ ਹੈੱਡ ਜਿਹਾ ਬਣਿਆ ਹੋਇਆ, ਉੱਥੇ ਅਸੀਂ ਮੌਜੂਦ ਹਾਂ। ਔਰ ਪਾਣੀ ਦੇਖਿਆ ਨਾ ਇੰਨੀ ਸਪੀਡ ਨਾਲ ਥੱਲੇ ਗਿਰ ਰਿਹਾ ਸੀ। ਇਹ ਦੇਖੋ ਨਾ, ਥੋੜ੍ਹਾ ਜਿਹਾ ਦੂਰ ਖਲੋ ਕੇ ਅਸੀਂ ਵੀਡੀਓ ਬਣਾ ਰਹੇ ਹਾਂ, ਕਿਉਂਕਿ ਕਰੀਬ ਗਿਆ ਫਿਰ ਇਹ ਜਿਹੜਾ ਨਾ ਗਾਇਬ ਹੋ ਜਾਂਦਾ ਸਾਈਡ ਤੋਂ, ਮਤਲਬ ਇਹ ਨਜ਼ਰ ਨਹੀਂ ਆਉਂਦਾ। ਔਰ ਹੁਣ ਉੱਤੇ ਚੱਲਣੇ ਆਉਂਦੇ, ਫਿਰ ਚੱਲ ਕੇ ਉੱਥੋਂ ਨਜ਼ਾਰਾ ਦਿਖਾਉਂਦੇ ਹਾਂ ਤੁਹਾਨੂੰ ਕੈਸਾ ਲੱਗਦਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ, ਕੀ ਹਾਲ ਨੇ ਸਾਰਿਆਂ? ਅਲਹਮਦੁਲਿਲਾ, ਅਸੀਂ ਬਿਲਕੁਲ ਠੀਕ ਠਾਕ। ਸਾਡੇ ਦੁਆ ਸਾਡੇ ਦੇਖਣਾ ਜਿੱਥੇ ਰਹਿਣ ਖੁਸ਼ ਰਹੇ ਬਾਦਰ ਮੇਰੇ ਸ਼ਾਸਤੇ ਵਾਸਤੇ ਰਹਿਣਾ, ਅੱਲਾਹ ਪਾਕ ਸਭ ਨੂੰ ਸਲਾਮ ਰੱਖਿਆ, ਆਮੀਨ ਸੁਮਾ ਆਮੀਨ। ਅਤੇ ਅੱਜ ਅਸੀਂ ਜਿਹੜਾ ਨਾ ਤੁਹਾਨੂੰ ਉਹ ਸਾਹਮਣੇ ਜਿਹੜਾ ਹੈੱਡ ਦਾ ਨਾ ਨਜ਼ਾਰਾ ਦਿਖਾਉਣ ਵਾਲਿਆ, ਉਹ ਤੂੰ ਕੈਸਾ ਲੱਗਦਾ? ਸ਼ੋਰ ਬੜਾ ਹੋਵੇਗਾ ਲੇਕਿਨ ਨਜ਼ਾਰਾ ਬੜਾ ਪਿਆਰਾ ਹੋਵੇਗਾ। ਚੱਲਦੇ ਆ ਉੱਥੇ ਦਿਖਾਉਂਦੇ ਹਾਂ ਤੁਹਾਨੂੰ, ਉਹਨਾਂ ਚਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸਭ ਤੋਂ ਪਹਿਲੇ ਇਹ ਨਜ਼ਾਰਾ ਕਰੋ ਭਾਈ ਸਾਹਿਬ, ਮਾਸ਼ਾਅੱਲਾ ਮਾਸ਼ਾਅੱਲਾ, ਕੈਸਾ ਉਹਨਾਂ ਜ਼ਬਰਦਸਤ ਸੀਨ ਬਣਾਇਆ ਹੋਇਆ ਹੈ। ਕਦੇ ਇੱਥੇ ਲੱਗਾ ਹੁੰਦਾ ਗਾਹ ਗਾਰਡਨ ਬਣਿਆ ਹੁੰਦਾ, ਹਾਏ ਹਾਏ ਬੜਾ VIP ਮਾਹੌਲ ਬਣਨਾ ਸੀ। ਖੈਰ ਸਾਹਮਣੇ ਵਾਲਾ ਤੁਹਾਨੂੰ ਨਜ਼ਾਰਾ ਕਰਵਾਉਂਦੇ ਹਾਂ, ਪਾਣੀ ਕਿਸ ਤਰ੍ਹਾਂ ਗਿਰ ਰਿਹਾ, ਪਾਣੀ ਗੰਧਲਿਆ ਹੋਇਆ ਹੈ, ਅਗਰ ਸਾਫ਼ ਹੁੰਦਾ ਨਾ ਮਜ਼ੀਦ ਨਜ਼ਾਰਾ ਵੇਖਣ ਦਾ ਸੀ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਕਿਆ ਬਾਤ ਹੈ! ਔਰ ਪਾਣੀ ਦੀਆਂ ਛੱਲਾਂ ਚੈੱਕ ਕਰੋ ਭਾਈ ਸਾਹਿਬ, ਚੈੱਕ ਕਰੋ, ਉਹ ਤੂੰ ਕੋਈ ਸ਼ਾਇਬ ਡਿੱਗੀ ਹੋਈ, ਪਤਾ ਹੀ ਨਹੀਂ ਲੱਗਣਾ ਕਿ ਗਈ ਕਿੱਥੇ ਆ, ਇੰਨਾ ਜ਼ੋਰਦਾਰ ਥੱਲੇ ਜਾ ਕੇ ਗਿਰੇਗਾ। ਅਸੀਂ ਨਿਕਲੇ ਹਾਂ ਜੀ, ਅਸੀਂ ਅੱਜ ਥੋੜ੍ਹੀ ਜਿਹੀ ਨਾ ਤਬੀਅਤ ਖਰਾਬ ਜੀ ਲੱਗਦੀ ਪਈ ਸੀ, ਮੈਂ ਕਿਹਾ ਚੱਲ ਕੇ ਜਿਹੜਾ ਇਹਨਾਂ ਨੂੰ ਕੋਈ ਟੀਕਾ ਗੋਲੀ ਜਿਹੜਾ ਲੈ ਕੇ ਆਉਂਦੇ ਹਾਂ, ਅਤੇ ਮੈਂ ਸਿੱਧਾ ਨਹਿਰੋ ਨਹਿਰ ਹੀ ਬਹਿ ਗਿਆ। ਇੱਥੇ ਆ ਕੇ ਜਿਹੜਾ ਨਾ ਇਸ ਚੀਜ਼ ਨੂੰ ਵੇਖਿਆ, ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਨੇ ਹਾਂ। ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਪਾਣੀ ਰੋਕ ਕੇ ਆਖਿਰ ਇਹਨਾਂ ਭੇਜਣਾ ਕਿਹੜੇ ਪਾਸੇ, ਨਾ ਤਾਂ ਕੋਈ ਨਹਿਰ ਲੱਗਦੀ ਹੈ ਕਿਸੇ ਪਾਸੇ, ਨਾ ਕੁਛ ਹੈ ਕਿ ਪਾਣੀ ਜਿਹੜਾ ਦੂਜੀ ਸਾਈਡ ਨੂੰ ਕੱਢਿਆ ਜਾਵੇ। ਇਹ ਚੈੱਕ ਕਰੋ ਨਾ ਹੈੱਡ ਹੈਗਾ, ਇੱਥੋਂ ਪਾਣੀ ਨਾ ਰੋਕਿਆ ਜਾਂਦਾ ਇਹਨਾਂ ਦੀ ਮਦਦ ਨਾਲ ਨਾ। ਦੇਖੋ ਕਿੰਨਾ ਸ਼ੋਰ ਹੈ ਪਾਣੀ ਦਾ, ਇਹ ਸਾਰਾ ਉੱਪਰ ਉਹਨਾਂ ਉੱਥੇ ਹੱਥੀਆਂ ਜਿਹੀਆਂ ਲਾਈਆਂ ਹੁੰਦੀਆਂ, ਹੱਥੀ ਨਾਲ ਜਿਹੜਾ ਨਾ ਘੁਮਾ ਕੇ ਥੱਲੇ ਸਾੜ ਦਿੰਦੇ ਨੇ ਵਾਲੇ ਡੱਕੇ ਜੇ। ਉਸ ਪਾਸੋਂ ਉੱਪਰ ਚੜ੍ਹਨੇ ਆ, ਇੱਧਰੋਂ ਜਾ ਕੇ ਲੈਂਦੇ ਹਾਂ, ਉੱਤੋਂ ਦੇਖਣ ਵਾਲਾ ਹੋਵੇਗਾ ਨਜ਼ਾਰਾ। ਅਜ਼ਹਰ ਬੱਟੀ ਸਾਹਿਬ ਉਹਨਾਂ ਨੇ ਮੇਰੇ ਖਿਆਲ ਹੈ ਇੱਥੇ ਕੋਈ ਜਿਹੜਾ ਨਾ ਕਾਵਿਸ਼ ਵਗੈਰਾ ਕੀਤੀ ਹੈ। ਔਰ ਚੜ੍ਹਦੇ ਹਾਂ ਉੱਪਰ, ਇਹ ਦੇਖੋ ਛੋਟੇ ਦਿਲ ਵਾਲਾ ਤਾਂ ਭਾਈ ਸਾਹਿਬ ਇੱਥੇ ਉਂਝ ਹੀ ਡਰ ਕੇ ਮਰ ਜਾਵੇ, ਜਿੰਨੀ ਉਚਾਈ ਹੈ ਨਾ ਅਤੇ ਥੱਲੇ ਪਾਣੀ ਹੈ, ਇੰਝ ਲੱਗਦਾ ਪਿਆ ਨਾ ਦਰਿਆ ਦਾ ਨਜ਼ਾਰਾ ਹੈ। ਦੇਖੋ ਤੁਸੀਂ ਇਹ ਹਾਲੇ ਹੈੱਡ ਜਿਹੇ ਲੱਗੇ ਹੋਏ ਨੇ, ਅਤੇ ਚਲਾ ਕੇ ਤਾਂ ਉਹ ਮੇਰਾ ਖਿਆਲ ਹੈ ਨਾ ਥੱਲੇ ਉੱਪਰ ਕਰਦੇ ਆ। ਆਸੀਆ ਓ ਬੈਠੀ, ਆਸੀਆ ਆਸੀਆ ਨੂੰ ਆਵਾਜ਼ ਹੀ ਨਹੀਂ ਆਉਣੀ, ਆ ਵੇ ਕਿੱਥੇ ਚੜਿਆ, ਆ ਜਾ ਆ ਜਾ। ਆਸੀਆ ਕਹਿੰਦੀ ਸੀ ਕਿ ਮੈਂ ਨਹੀਂ ਆਵਾਂ ਬਾਈ ਸਾਹਿਬ, ਇੱਥੇ ਖਤਰੇ ਤੋਂ ਬਗੈਰ ਕੰਮ ਨਹੀਂ ਹੈਗਾ, ਮੋਬਾਈਲ ਵੀ ਮੇਰਾ ਅਗਰ ਗਿਰ ਗਿਆ ਨਾ ਸਮਝੋ ਕਿ ਸਭ ਕੁਛ ਮੋਬਾਈਲ ਲੈ ਜਾ ਕੇ ਗਿਆ ਹੁੰਦਾ ਹੈ, ਅਤੇ ਪਤਾ ਨਹੀਂ ਲੱਗਣਾ ਜਾਣਾ ਕਿੱਥੇ। ਚੜ ਖਾਂ ਉੱਤੇ ਡਰ ਬੜਾ ਲੱਗਦਾ ਹੈ, ਬਲਕਿ ਤੂੰ ਨਾ ਹੀ ਚੜ੍ਹੇ ਤਾਂ ਬਿਹਤਰ, ਅਵੇ ਕਿੰਨੀਆਂ ਉੱਚੀਆਂ ਸੀੜੀਆਂ ਨੇ। ਆਇਆ ਮੈਂ ਥੱਲੇ, ਤੂੰ ਤਾਂ ਪੈਣੀ, ਮੈਂ ਵੀ ਚੜੂਗਾ, ਗਿਰ ਜਾਂਦਾ ਤਾਂ ਫਿਰ ਕੀ ਹੈ ਲੱਭਣਾ ਤੈਨੂੰ, ਅਗਲੇ ਪੁਲ ਤੂੰ ਜਾ ਕੇ ਲੱਭਣਾ ਸੀ।
ਕਿਆ ਹੋ ਰਾਂ ਦੋ ਡੋਬ ਜਾਣਾ ਮੈਂ ਕਿੱਥੋਂ ਲੱਭਣਾ ਲੈ ਮੈਂ ਐਠਾ ਡੋਬ ਕੇ ਕੀ ਕਰਨਾ ਐ ਜੋ ਅੱਜ ਤੇ ਬੰਦਾ ਡੁੱਬਿਆ ਲੱਭਣਾ ਨਹੀਂ ਨਾ ਰੋ ਇਸ ਤੇ ਅੱਛਾ ਕੋਈ ਡੁੱਬਿਆ ਅੱਗੇ ਅੱਗੇ ਕੋਈ ਡੁੱਬਿਆ ਅੱਗੇ ਡੁੱਬਿਆ ਨਹੀਂ ਨਾ ਚਲੀਆਂ ਨਾ ਬਾਹਰ ਅੱਛਾ ਹੁਣ ਆਪਾਂ ਤਾਂ ਸਿੱਧੇ ਚੱਲੀਏ ਕਹਿੰਜ ਨੂੰ ਉਹ ਵੀ ਹੈ ਨਹੀਂ ਇਹਦੂ ਤਾਂ ਰਸਤਾ ਕੋਈ ਨਹੀਂ ਮੇਰੇ ਖਿਆਲ ਬੰਦ ਹੈ ਅਸੀਂ ਸਿੱਧੇ ਜਾਈਏ ਪਰਲੀ ਸਾਈਡ ਤੇ ਆਏ ਰਸਤਾ ਚੀਚਾ ਵਤਨੀ ਅਸੀਂ ਸ਼ਹਿਰ ਜਾ ਰਹੇ ਹਾਂ ਇਸ ਟਾਈਮ ਅੱਜ ਤੁਹਾਨੂੰ ਨਾ ਚੜ੍ਹਦੇ ਪੰਜਾਬ ਦੀ ਇੱਕ ਸਮਝੋ ਕਿ ਨਾ ਨਵੀਂ ਮਾਲੂਮਾਤ ਦਿੰਦੇ ਚੱਲਦੇ ਹਾਂ ਕਾਫੀ ਸਾਰੇ ਭੈਣਾਂ ਭਾਈਆਂ ਨੇ ਵੇਖਿਆ ਵੀ ਹੋਵੇਗਾ ਸ਼ਾਇਦ ਅਤੇ ਅੱਜ ਤੁਹਾਨੂੰ ਛੋਟੀ ਜਿਹੀ ਹੋਰ ਮਾਲੂਮਾਤ ਦਿੰਦੇ ਹਾਂ ਇਹ ਦੇਖੋ ਨਾ ਨਹਿਰ ਕਿਨਾਰੇ ਕਿੰਨੇ ਜ਼ਿਆਦਾ ਉਹਨਾਂ ਡੱਬੇ ਲਾ ਕੇ ਰੱਖੇ ਨੇ ਇਹਨਾਂ ਦੇ ਵਿੱਚ ਨਾ ਮੱਖੀ ਹੈਗਾ ਸ਼ਾਇਦ ਆਈਆਂ ਮੱਖੀਆਂ ਨੇੜੇ ਨਹੀਂ ਜਾਵਾਂਗਾ ਉਹਨਾਂ ਵਿੱਚ ਚੰਬੜ ਜਾਵਣ ਵਿੱਚੋਂ ਵੇਖੋ ਨਾ ਕਿੰਨੀਆਂ ਜ਼ਿਆਦਾ ਮੱਖੀਆਂ ਉੱਡਦੀਆਂ ਨੇ ਪਈਆਂ ਹੋ ਵੇਖੋ ਇਹ ਡੱਬੇ ਲਾ ਕੇ ਨਾ ਪਠਾਨ ਰੱਖ ਜਾਂਦੇ ਨੇ ਆਪੇ ਹੀ ਜਦੋਂ ਬਣ ਜਾਂਦਾ ਮੱਖੀ ਅੱਠਵੇਂ ਦਸਵੇਂ ਦਿਨ ਆ ਕੇ ਉਹ ਹਰ ਡੱਬੇ ਦੇ ਵਿੱਚੋਂ ਜਿਹੜਾ ਨਾ ਸ਼ਹਿਦ ਲੈ ਕੇ ਚਲੇ ਜਾਂਦੇ ਆ ਮਤਲਬ ਇਹ ਖਤਰਨਾਕ ਚੀਜ਼ ਹੈਗੀ ਕੋਈ ਬੰਦਾ ਆਮ ਇਹਨੂੰ ਉਠਾ ਵੀ ਨਹੀਂ ਸਕਦਾ ਹੈਗਾ ਮੱਖੀਆਂ ਦੇ ਭਰੇ ਹੋਏ ਡੱਬੇ ਆ ਚੱਲ ਆ ਅਸੀਂ ਚੱਲੀਏ ਅੱਜ ਅਸੀਂ ਨਾ ਪੁੱਠੇ ਰਸਤੇ 'ਚ ਪੈ ਗਏ ਇੱਥੇ ਆਏ ਹਾਂ ਨਾ ਅਸੀਂ ਸਪੀਡ ਨਾਲ ਆ ਰਹੇ ਸੀ ਇੰਨੀ ਜ਼ਿਆਦਾ ਮੱਖੀਆਂ ਸਾਡੇ ਦੁਆਲੇ ਹੋ ਗਈਆਂ ਨੇ ਫਿਰ ਆਰਾਮ ਨਾਲ ਆਹਿਸਤਾ ਆਹਿਸਤਾ ਅਸੀਂ ਨਿਕਲੇ ਹਾਂਗਾ ਉਹ ਵਾਲੇ ਡੱਬੇ ਤੁਹਾਨੂੰ ਪਿੱਛੇ ਦਿਖਾਏ ਸੀ ਇਹ ਅੱਗੇ ਵੀ ਨਵੇਂ ਪਏ ਹੋਏ ਆ ਡੱਬੇ ਇਹ ਵੇਖੋ ਕਿੰਨੇ ਜ਼ਿਆਦਾ ਇੱਕ ਗੱਡੀ ਪਹਿਲੇ ਗੁਜ਼ਰ ਚੁੱਕੀ ਹੈ ਔਰ ਦੂਸਰੀ ਗੱਡੀ ਮੇਰੇ ਖਿਆਲ ਆ ਰਹੀ ਆ ਉਹ ਸਾਹਮਣੇ ਨਿਸ਼ਾਨ ਆ ਰਿਹਾ ਟੂ ਐਂਡ ਟ੍ਰੇਨ ਕੋਟਲਾ ਫਾਟਕ 'ਤੇ ਇਸ ਟਾਈਮ ਅਸੀਂ ਖੜ੍ਹੇ ਹਾਂ ਜੀ ਹੁਣ ਪਤਾ ਨਹੀਂ ਉੱਧਰੋਂ ਆਉਣੀ ਹੈ ਜਾਂ ਇੱਧਰੋਂ ਗੱਡੀ ਆਉਣੀ ਆ ਵੇਟ ਕਰਨਾ ਪਵੇਗਾ ਜਦੋਂ ਗੁਜ਼ਰ ਜਾਵੇਗੀ ਫਿਰ ਇਹ ਗੇਟ ਖੁੱਲ੍ਹੇਗਾ ਇਸ ਸਾਈਡ ਤੋਂ ਆ ਰਹੀ ਗੱਡੀ ਭਾਈ ਸਾਹਿਬ ਉਹ ਸਾਹਮਣੇ ਦੇਖੋ ਪਹਿਲੇ ਵਾਲੀ ਇੱਧਰੋਂ ਗੁਜ਼ਰ ਕੇ ਗਈ ਆ ਵੈਲਕਮ ਬੈਕ ਵੀਵਰ ਔਰ ਅਸੀਂ ਘਰ ਆ ਗਏ ਹਾਂ ਅਤੇ ਦਵਾਈਆਂ ਅਸੀਂ ਇਹਦੇ ਕੋਲ ਮੌਜੂਦ ਹੈਗੀਆਂ ਟੀਕੇ ਦਵਾਈਆਂ ਉੱਥੇ ਸਾਨੂੰ ਲੇਡੀ ਡਾਕਟਰ ਮਿਲੀ ਕੋਈ ਨਹੀਂ ਟੀਕੇ ਕੱਢੇ ਨੇ ਜ਼ਰਾ ਅਸੀਂ ਕਿਉਂਕਿ ਸਾਡਾ ਭੈਣਾਂ ਭਾਈਆਂ ਨਾਲ ਐਸਾ ਤਲਕ ਬਣ ਗਿਆ ਕਿ ਹਰ ਚੀਜ਼ ਸ਼ੇਅਰ ਕਰਨੀ ਪੈਂਦੀ ਹੈ ਇਹ ਹੈਗਾ ਜੀ ਗ੍ਰੈਵੀ ਵੀ ਨਾਨ ਜਦੋਂ ਅਸੀਂ ਪਿਛਲੇ ਮਹੀਨੇ ਟੀਕੇ ਲਵਾਏ ਨਾ ਉਦੋਂ 500 ਰੁਪਏ ਦਾ ਸੀ ਐਤਕੀ ਬਾਈ ਸਾਹਿਬ ਇਹਦੀ ਚੈੱਕ ਕਰੋ ਕੀਮਤ 601 ਰੁਪਈਆ ਹੋਇਆ ਪਿਆ ਉਸ ਤੋਂ ਇਲਾਵਾ ਹੈਗਾ ਨੋਸਫਾ ਇੰਜੈਕਸ਼ਨ 2 ml ਇਹ ਵੀ ਅਤੇ ਉਸ ਤੋਂ ਇਲਾਵਾ ਜੀ ਨੋਸਫਾ ਹੈਗੀਆਂ ਗੋਲੀਆਂ ਅਤੇ 2 ਸਰਿੰਜਾਂ ਲਿਆਂਦੀਆਂ ਨੇ ਹੈ ਵੇਖੋ ਅਤੇ ਇਸ ਕਰਕੇ ਉੱਥੋਂ ਲਵਾਈਆਂ ਹੁਣ ਮੈਂ ਡਾਕਟਰ ਆ ਵੀ ਡਾਕਟਰ ਬਣਨਾ ਅਤੇ ਦੋਨੋਂ ਇੰਜੈਕਸ਼ਨ ਲਾਉਣੇ ਨੇ ਹਾਂਜੀ ਕਾਫੀ ਸਾਰੇ ਭੈਣਾਂ ਭਾਈ ਡਾਕਟਰ ਸਾਨੂੰ ਵੇਖਦੇ ਵੀ ਹੋਣਗੇ ਔਰ ਇਹ ਮਤਲਬ ਇੰਜੈਕਸ਼ਨ ਪਿਛਲੇ ਮਹੀਨੇ ਲਵਾਏ ਨੇ ਅਤੇ ਇਸ ਮਹੀਨੇ ਵੀ ਉਹਨਾਂ ਦੱਸਿਆ ਸੀ ਵੀ ਤੁਸੀਂ ਜਿਹੜਾ ਨਾ 2 ਇੰਜੈਕਸ਼ਨ ਲਾਜ਼ਮੀ ਲਵਾਉਣੇ ਨੇ ਤਾਂ ਜਾ ਕੇ ਮਤਲਬ ਕਿ ਨਾ ਜਿਹੜਾ ਦਰਦ ਸ਼ਰਦ ਤੋਂ ਆਰਾਮ ਆਉਣਾ ਅਤੇ
ਕਿਆ ਇਹ ਠੀਕ ਨੇ ਜਾਂ ਨਹੀਂ ਸਹੀ, ਜ਼ਰੂਰ ਤੁਸੀਂ ਕਮੈਂਟ ਕਰਕੇ ਦੱਸਣਾ। ਬਾਕੀ ਅਸਰ ਦਾ ਟਾਈਮ ਕਾਫੀ ਟਾਈਮ ਦਾ ਹੋ ਚੁੱਕਿਆ, ਚੱਲ ਕੇ ਨਮਾਜ਼ ਪੜ੍ਹਨੇ ਆ, ਨਾਲੇ ਅਪਡੇਟ ਤੁਹਾਨੂੰ ਦਿੰਦੇ ਹਾਂ ਮਸਜਿਦ ਵਾਲੇ ਕੰਮ ਦੀ। ਉਸ ਤੋਂ ਬਾਅਦ ਆ ਕੇ ਜਿਹੜਾ ਨਾ ਇਹਨਾਂ ਨੂੰ ਜਿਹੜਾ ਨਾ ਇੰਜੈਕਸ਼ਨ ਆਸੀਆਂ ਨੂੰ ਖੁਦ ਹੀ ਲਗਾਉਣੇ ਹੋਣਗੇ। ਡਾਕਟਰ ਵਗੈਰਾ ਮਿਲਿਆ ਹੀ ਕੋਈ ਨਹੀਂ ਉੱਥੇ, ਲੇਡੀ ਡਾਕਟਰ ਨਹੀਂ ਮਿਲੇ, ਦੂਸਰੇ ਡਾਕਟਰ ਬੇਵਾ ਹੈਗੇ ਸੀ, ਤਾਂ ਕਰਕੇ ਫਿਰ ਜਿਹੜਾ ਨਾ ਇੱਥੇ ਘਰ ਹੀ ਲੈ ਜਾਂਦੇ। ਮੈਂ ਕਿਹਾ ਆਪ ਹੀ ਲਾ ਲਵਾਂਗੇ, ਕਿਹੜਾ ਐਡਾ ਮਸਲਾ ਹੈਗਾ। ਅਲਹਮਦੁਲਿਲਾ ਨੀਹਾਂ ਵਗੈਰਾ ਜਿਹੜੀਆਂ ਨੇ ਮੁਕੰਮਲ ਹੋ ਚੁੱਕੀਆਂ ਨੇ, ਔਰ ਬੈਕ ਸਾਈਡ ਵਾਲੀ ਦੀਵਾਰ ਵੀ ਜਿਹੜੀ ਨੇ ਇੰਨੀ ਬਣ ਗਈ ਤਕਰੀਬਨ, ਔਰ ਤਕਰੀਬਨ ਜਿਹੜੇ ਨਾ ਬਰਥੀ ਤੋਂ ਉੱਤੇ ਉੱਤੇ 8 ਫੁੱਟ ਲੈ ਕੇ ਜਾਣੀ ਮਾਮਾ, ਛੱਤ ਬਹੁਤ ਹੈ 8 ਫੁੱਟ ਤੱਕ, 8 ਫੁੱਟ ਦੇ ਉੱਤੇ ਯਾਨੀ ਕਿ ਛੱਤ ਪੈ ਜਾਵੇਗੀ ਮੈਂ ਬਰਾਂਡੇ ਉੱਤੇ। ਬਾਕੀ ਇਹ ਦੋ ਵਾਲੇ ਜਿਹੜੇ ਨੇ ਵਾਸ਼ਰੂਮ ਜਿਹੜੇ ਮਤਲਬ ਇੱਕ ਸਤੰਜੇ ਵਾਸਤੇ ਬਣਾਏ ਨੇ ਫਿਲਹਾਲ ਵਕਤੀ ਤੌਰ। ਬਾਕੀ ਇੱਟਾਂ ਸਾਡੇ ਕੋਲ ਇੰਨੀਆਂ ਸਾਰੀਆਂ ਰਹਿ ਗਈਆਂ ਨੇ, ਸੁਬਹਾ ਫਸਟ ਟਾਈਮ ਇਨਸ਼ਾਅੱਲਾ ਤਾਲਾ 5000 ਇੱਟ ਆਰਡਰ ਕਰਕੇ ਆਇਆ ਉਹ ਪਹੁੰਚ ਆਵੇਗੀ ਇਨਸ਼ਾਅੱਲਾ, ਇਹ ਮੁਕਦਿਆਂ ਤੱਕ ਪਹੁੰਚਾਉਣੀਆਂ। ਇੱਕ ਫੇਰਾ ਤਾਂ ਪਹੁੰਚ ਆਵੇਗਾ, ਦੂਸਰਾ ਫਿਰ ਥੋੜ੍ਹਾ ਲੇਟ ਆ ਜਾਵੇਗਾ ਫੇਰਾ। ਅਤੇ ਕਿਸ ਖੁਸ਼ੀ 'ਚ ਵੰਡਦੇ ਫਿਰਦੇ ਹੋ ਪੈਸੇ? ਦੇਖੋ ਮੇਰੇ ਮੁੰਡੇ ਦੇ ਨਾਲ ਦੇ ਵੀ ਹੈਗੇ, ਖੁਸ਼ੀ ਨਾਲ ਵੰਡ ਰਹੇ ਨੇ। ਮਸਜਿਦ ਵਿੱਚ ਮਾਸ਼ਾਅੱਲਾ ਰੌਣਕਾਂ ਲੱਗੀਆਂ ਖੜੀਆਂ, ਮੇਰੇ ਲੱਗਦਾ ਹੁਣ ਠੀਕ ਠਾਕ ਹੋਈ ਵਧੀ। ਨਹੀਂ ਨਹੀਂ ਇਹ ਟੀਕੇ ਵੇਖ ਕੇ ਹੁਣ ਠੀਕ ਠਾਕ ਹੋਈ ਖੜੀ, ਕੋਈ ਗੱਲ ਨੀ, ਮੈਂ ਸ਼ਾਮੀ ਦੋ ਇਕੱਠੇ ਇੰਜੈਕਸ਼ਨ ਇਹਨੂੰ ਠੋਕਣੇ ਨੇ। ਹਾਂਜੀ ਡਾਕਟਰ ਆਪ ਬਣਨਾ ਪੈਂਦਾ, ਨਰਾ ਸੁਣਦੀ ਤਾਂ ਫਿਰ ਕਿਹੜਾ ਰੋਲਾ ਸੀ, ਨਰਾ ਸਾਹਿਬ ਉਹਦੇ ਬੈਠੀ ਹੁਣ ਉਹਦੇ ਜਾਈਏ ਇੱਕ ਵਾਰੀ। ਆਪਣੇ ਪੜੋਸੀਆਂ ਨੇ ਬਣਾਇਆ ਸੀ ਜੀ ਹਲਵਾ ਬਣਾਇਆ ਗੁੜ ਦਾ, ਅੱਛਾ ਤੇ ਨਾਲ ਹੈ ਕਸਟਰਡ ਬਣਾਇਆ, ਕਸਟਰਡ ਹਾਂਜੀ। ਇਹ ਮੈਂ ਆਖਿਆ ਮੈਂ ਬਾਈ ਕਾ ਰੱਖ ਦੇਵਾਂ, ਚੈੱਕ ਕਰਨੇ ਆ ਕੈਸਾ ਹੈਗਾ। ਇੰਨਾ ਕੰਮ ਕਰਦੀ ਰਹਿੰਦੀ ਹੈ ਫਿਰ ਹਾਲ ਹਾਲ ਪਾ ਲੈਂਦੀ ਵੀ ਮੈਨੂੰ ਦਰਦ ਹੋਣ ਲੱਗੀ ਹੋਈ ਹੈ, ਹੈਂ ਕਰਨਾ ਤਾਂ ਹੁੰਦਾ। ਉਹ ਨਿੱਕੀਆਂ ਨਿੱਕੀਆਂ ਸਾਰੀਆਂ ਬੱਚੀਆਂ ਨੂੰ ਉਹਨਾਂ ਲਾ ਖਾ, ਨਹੀਂ ਉਹ ਬੱਚੀਆਂ ਨੂੰ ਲਾ ਖਾ, ਉਹਨਾਂ ਨੂੰ ਵਾਲ ਸਿਖਾ, ਕੰਮ ਸਿਖਾਓਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ। ਹਾਂ ਚੰਗਾ ਹੈ ਕਿ ਉਹਨਾਂ ਨੂੰ ਸਿਖਾਉਣਾ ਚਾਹੀਦਾ ਕੰਮ। ਹਾਂਜੀ ਹੁਣ ਮੈਂ ਸੁਬਹਾ ਵੇਖਣਾ ਹੈ ਕਿਹੜਾ ਕੰਮ ਕਰਦੀਆਂ ਨੇ ਅਲੀਜ਼ਾ ਤੇ ਮੁਨੀਜ਼ਾ, ਨਹੀਂ ਅੱਜ ਵੀ ਮੈਂ ਵੇਖਣਾ ਹੈ, ਅੱਜ ਸ਼ਾਮੀ ਵੇਖਣਾ ਕੀ ਕਰਦੀਆਂ ਨੇ ਦੋਵੇਂ। ਆਹੋ ਬਰਤਨ ਵੀ ਦੋਵੇਂ ਤਾਂ ਪਤਾ ਲੱਗੇ, ਬਾਕੀ ਮੈਂ ਤਾਂ ਹੁਣ ਦੇਖਣ ਲੱਗਾ ਇਹਦੇ ਵਿੱਚ ਕੋਈ ਕੱਦੂ ਹੈਗਾ ਕਿ ਨਹੀਂ ਹੈਗਾ, ਕਿਆ ਹੋਣੀ ਡੱਡੂ। ਲਓ ਜੀ ਨਵਾਂ ਹੁਣ ਸਮਝੋ ਕਿ ਕੰਮ ਨਿਕਲ ਆਇਆ, ਕਹਿੰਦੇ ਨੇ ਕੋਈ ਜਿਹੜੀ ਹੈ ਨਾ ਜਨਾਨੀ ਫਿਰ ਗਈ ਹੈ, ਜਿਸ ਤਰ੍ਹਾਂ ਕਿ ਬੱਚਿਆਂ ਨੂੰ ਨਜ਼ਰ ਲੱਗ ਜਾਂਦੀ ਨਾ, ਇਹਨੂੰ ਵੀ ਨਜ਼ਰ ਲੱਗੀ ਵੀ ਕੱਦੂਆ ਨੂੰ, ਨਜ਼ਰ ਕੋਈ ਨਹੀਂ ਲੱਗੀ ਬਾਈ ਸਾਹਿਬ, ਇਹ ਕੋਈ ਚੋਰੀ ਹੋ ਜਾਂਦੇ ਨੇ ਕੱਦੂ, ਇਹ ਵੇਖੋ ਨਾ ਇਹ ਨੰਨੇ ਮੁੰਨੇ ਲੱਗੇ ਹੋਏ ਨੇ, ਵਾਹ ਵਾਹ ਸਾਰੇ, ਇਹ ਵੇਖੋ ਕਿੰਨੇ ਜ਼ਿਆਦਾ ਲੱਗੇ ਖੜੇ, ਕਿਆ ਇਹ ਵੱਡੇ ਨਹੀਂ ਹੁੰਦੇ, ਵੱਡੇ ਵੀ ਹੁੰਦੇ ਨੇ ਉਂਝ ਚੋਰੀ ਹੋ ਜਾਂਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਹੈਗਾ ਕੌਣ ਲੈ ਗਿਆ ਕੌਣ ਨਹੀਂ ਲੈ ਗਿਆ, ਇਹਨਾਂ ਦੇਖਣੇ ਕੋਈ ਨਹੀਂ ਆਉਂਦੇ ਤੋ ਚੋਰੀ ਹੋ ਜਾਂਦੇ ਆ। ਇਹ ਵੇਖੋ ਔਰ ਮੈਂ ਪਤਾ ਕਰਕੇ ਆਇਆ 250 ਰੁਪਏ ਕਿਲੋ ਕੱਦੂ ਹੈਗੇ, ਕਿਉਂਕਿ ਸੀਜ਼ਨ ਆਊਟ ਹੋਇਆ ਖੜਾ,
ਇਸ ਕਰਕੇ। ਬਾਕੀ ਕੱਦੂ ਸ਼ੱਦੂ ਵਿੱਚ ਕੋਈ ਨਹੀਂ ਹੈਗਾ, ਪਕਾਉਣ ਦੇ ਕਾਬਿਲ ਕੋਈ ਵੀ ਨਹੀਂ ਹੈ। ਇਹ ਕੀ ਚੀਜ਼ ਲੱਗੀ ਖੜੀ ਹੈ, ਵਾਹ ਇਹ ਤਾਂ ਫੁੱਟ ਲੱਗੀ ਖੜੀ ਆ ਸੀਆ। ਹਾਂਜੀ ਇਹ ਵੀ ਕਿਸੇ ਪੱਟ ਖੜਨੀ ਇੱਥੋਂ, ਅਜੇ ਕੱਚੀ ਹੈ। ਅਤੇ ਆਹ ਵੇਖੋ ਕੱਦੂ ਤਾਂ ਕਿੱਡਾ ਵੱਡਾ ਲੱਗਾ ਖੜਾ ਹੈ। ਅੱਛਾ ਪੱਕਾ ਪਿਆ, ਸਹੀ ਹੈ। ਬੜੇ ਮਹਿੰਗੇ ਹੋ ਗਏ ਕੱਦੂ, ਇਹਦਾ ਨਾ ਹੁਣ ਸੀਜ਼ਨ ਆਊਟ ਹੋ ਗਿਆ, ਸੀਜ਼ਨ ਆਊਟ ਹੋ ਗਿਆ ਇਹਦਾ। 250 ਰੁਪਏ ਕਿਲੋ ਆ, ਨਹੀਂ ਪਤਾ ਕੀਤਾ ਤਾਂ ਅਸੀਂ ਆਲੂ ਅਤੇ ਮਟਰ ਲੈ ਕੇ ਆਏ, ਬਹੁਤ ਮਹਿੰਗੇ ਹੋਏ ਪਿਆ। ਹੈਂਜ ਦੋ ਹੁਣ ਕੱਪੜੇ ਤਾਂ ਸ਼ਾਮ ਦੋ, ਚੰਗਾ ਜੇ ਥੱਲੂ ਸੀ ਉਦੋਂ ਫਿਰ ਮੈਂ ਇੰਜੈਕਸ਼ਨ ਲਾਵਾਂਗਾ। ਹੁਣ ਜਾਣ ਕੇ ਸਮਝੋ ਕੇ ਨਾ ਜ਼ੋਰ ਦਿੱਤੀ ਖੜੀ ਹੈ ਕੱਪੜੇ ਦੋਵਾਂ ਤੇ ਕੰਮ ਕਰਨ ਤੇ, ਹੁਣ ਥੋੜੇ ਹੀ ਸੁੱਕ ਜਾਣੇ, ਰਾਤੀ ਸੁੱਕ ਜਾ ਸੀ ਧੋ ਛੱਡ ਫਿਰ ਸਹੀ ਹੈ। ਹੁਣ ਹੱਸ ਹੱਸ ਕੇ ਤਾਂ ਵੇਖਦੀ ਪਈ, ਹਾਂਜੀ ਫਿਰ ਬਦਾਮ ਨਾਲ ਤੇਰੇ ਨਾਲ ਕਿਸੇ ਨੂੰ ਹੋਰ ਨੂੰ ਕੀ ਪਤਾ, ਮੈਨੂੰ ਤਾਂ ਹੋਸ਼ ਉਰਾਂਦੀ ਨਹੀਂ ਸਾਰੀ ਦਿਹਾੜੀ ਪਾਜ ਪਾਜ ਕੇ, ਮੈਂ ਤਾਂ ਸਾਰੀ ਦਿਹਾੜੀ ਵੱਜੋ ਵਜਾਈ ਚ, ਮੈਨੂੰ ਕਿੱਥੇ ਹੋਸ਼ ਰਹਿੰਦੀ ਹੈ। ਲੱਗਦੀ ਤਾਂ ਬੜਾ ਕੁਛ ਹੈ ਲੇਕਿਨ ਫਿਰ ਨਾ ਲੱਗਦੀ ਹੁੰਦੀ ਤਾਂ ਹੁਣ ਤੈਨੂੰ ਮੈਂ ਲੈ ਕੇ ਹੀ ਤਾਂ ਨੱਸ ਜਾਂਦਾ ਹੈ। ਅੱਗੇ ਜਿਵੇਂ ਸਾਰੀ ਉਮਰ ਤੂੰ ਬੇਬੀ ਜੰਮੇ ਭੈਣ, ਹਾਂਜੀ ਜਿਵੇਂ ਨਾ ਲਾਇਆ ਜਾਂਦਾ ਤਾਂ ਫਿਰ ਰਾਤ ਤੇਰੀ ਔਖੀ ਆ, ਨਾ ਲਾਇਆ ਜਾਂਦਾ ਤੈਨੂੰ ਫਿਰ ਰਾਤ ਤੇਰੀ ਔਖੀ ਆ। ਪੈਸੇ ਹੁਣ ਬਣੇ ਉਹ ਤਾਂ ਲਾਣੇ ਹੀ ਲਾਣੇ ਨੇ, 800-900 ਰੁਪਈਆ ਪਾ ਰਹੇ ਆ ਤੇ ਹੁਣ ਛੱਡ ਦੇਈਏ ਸੱਟ ਦੇਣੇ, ਹਾਂਜੀ। 3 ਦਿਨ ਤਕਰੀਬਨ ਹੋ ਗਏ ਸੀ ਔਰ ਬਾਈ ਟਰੈਕਟਰ ਵਾਲੇ ਨੂੰ ਫੋਨ ਕਰਦੇ ਸੀ ਪੈ ਕੇ ਉਹ ਆ ਹੀ ਨਹੀਂ ਸੀ ਰਿਹਾ, ਮਤਲਬ ਮਿੱਟੀ ਸਟਾਣੀ ਸੀ ਅਤੇ ਟਰਾਲੀਆਂ ਇੱਧਰੋਂ ਅੰਦਰ ਆਉਂਦੀਆਂ ਕੋਈ ਨਹੀਂ, ਤਿੰਨ ਦੂਸਰਾ ਰੇਹੜੀਆਂ ਵਾਲੇ ਬਾਈ ਇੱਥੋਂ ਮਿਲਦੇ ਕੋਈ ਨਹੀਂ। ਹੁਣ ਤਕਰੀਬਨ ਦੇ ਕੇ ਆਇਆ ਜੀ ਕੋਈ ਤੇਲ ਪਾਣੀ ਜੋਗੇ ਪੈਸੇ, ਅਤੇ ਮੈਂ ਆਖਿਆ ਇੱਥੋਂ ਆ ਕੇ ਨਾ ਜਿਹੜਾ ਨਾ ਪਹਿਲੇ ਹੱਲਾਂ ਛੱਲਾਂ ਮਾਰ ਕੇ ਫਿਰ ਕਰਾ ਨਾਲ ਇੱਧਰੋਂ ਜਿਹੜਾ ਨਾ ਇਸ ਪਾਸੋਂ ਲੈ ਕੇ ਆਵੇ, ਕਿਉਂਕਿ ਬਾਅਦ ਵਿੱਚ ਇੱਥੇ ਬਣ ਜਾਣੀ ਹੈ ਸਾਰੀ ਦੀਵਾਰ ਅਤੇ ਪਰਥੀ ਇੱਥੇ ਕਾਫੀ ਸਾਰੀ ਜ਼ਰੂਰਤ ਹੈਗੀ, ਤਕਰੀਬਨ ਫੁੱਟ ਡੇਢ ਡੇਢ ਫੁੱਟ ਜਿਹੜੀ ਨਾ ਬਰਥੀ ਪੈਣੀ ਹੈ ਤਾਂ ਜਾ ਕੇ ਮਤਲਬ ਇਹਦੀ ਕੰਪਲੀਟ ਹੋਣੀ ਹੈ ਜਗ੍ਹਾ, ਅਗਰ ਬਰਥੀ ਨਾ ਪਾਈਏ ਤਾਂ ਫਿਰ ਇਹਦਾ ਫਾਇਦਾ ਕੋਈ ਨਹੀਂ ਹੈ, ਤਾਂ ਕਰਕੇ ਹੁਣ ਜਿਹੜੀਆਂ ਨੀਟਾਂ ਸ਼ੀਟਾਂ ਇੱਥੇ ਪਈਆਂ ਸੀ ਨਾ ਉਹ ਅੰਦਰ ਸਟਾਰ ਹੈ। Allahu Akbar, Allahu Akbar, Allahu Akbar,
ਟਰੈਕਟਰ ਵਾਲਾ ਬਾਈ ਵੀ ਆ ਗਿਆ, ਹੱਲਾਂ ਲੈ ਕੇ ਆਇਆ ਫਿਲਹਾਲ, ਅਤੇ ਘਰਾ ਪਾ ਦੇ ਮਾਰ ਗਿਆ ਕਿਉਂਕਿ ਇਹ ਸਾਰੀ ਜ਼ਮੀਨ ਜਿਹੜੀ ਹੈ ਨਾ ਇਹਦੇ ਵਿੱਚ ਘਾਹ ਹੋ ਗਿਆ ਖੜਾ ਹੈ। ਨਿੱਕਾ ਨਿੱਕਾ ਹੀ ਜਦੋਂ ਹੱਲਾਂ ਮਾਰੇਗਾ ਨਾ ਤਾਂ ਉਹ ਸਾਰਾ ਸਮਝੋ ਵਿੱਚ ਹੀ ਜਜ਼ਬ ਹੋ ਜਾਣਾ, ਅਤੇ ਬਾਅਦ ਵਿੱਚ ਲੈ ਆਵੇਗਾ ਇਨਸ਼ਾਅੱਲਾ ਤਾਲਾ ਘਰਾ, ਅੱਜ ਨੂੰ ਇਹ ਮੁਕੰਮਲ ਕਰ ਜਾਵੇਗਾ ਪਰਥੀ। ਟਾਈਮ ਹੋ ਚੁੱਕਿਆ ਜੀ 7:30 ਤਕਰੀਬਨ, ਇੱਕ ਘੰਟੇ ਦਾ ਨਾ 2000 ਰੁਪਇਆ ਬਾਈ ਚਾਰਜ ਕਰ ਰਿਹਾ, ਉਹ ਵੀ ਮਸਜਿਦ ਦਾ ਕਰਕੇ, ਜਦੋਂ ਕਹਿੰਦਾ ਤਕਰੀਬਨ 2400-2500 ਰੁਪਇਆ ਅਸੀਂ ਘੰਟੇ ਦਾ ਲੈਂਦੇ ਹਾਂ। ਇਹਨੂੰ ਪਹਿਲੇ ਵਾਹਵੇਗਾ, ਇਹ ਵੀ ਸਮਝੋ ਸਾਡੇ ਟਾਈਮ ਵਿੱਚ ਸ਼ਾਮਿਲ ਹੋਵੇਗਾ, ਜਦੋਂ ਘਰਾ ਮਾਰੇਗਾ ਉਹ ਵੀ ਸਾਡੇ ਟਾਈਮ ਵਿੱਚ ਸ਼ਾਮਿਲ ਹੋਵੇਗਾ। ਅਗਰ ਤਾਂ ਜ਼ਮੀਨ ਵਗੀ ਹੁੰਦੀ ਨਾ ਫਿਰ ਸਾਡੀ ਸਮਝੋ ਕਿ ਬੱਚਤ ਹੋ ਜਾਣੀ ਸੀ, ਵਗੀ ਵਗਾਈ ਜ਼ਮੀਨ ਦੇ ਵਿੱਚੋਂ ਘਰਾ ਖਿੱਚ ਕੇ ਸੱਟੇ ਆ। ਕਾਮਰਾਨ ਜਾ ਰਿਹਾ ਨਮਾਜ਼ ਪੜ੍ਹ ਕੇ ਫਿਰ ਘਰ ਚਲਾ ਗਿਆ। ਬਾਕੀ ਮੇਰਾ ਸੋਹਣੇ ਰੱਬ ਨੇ ਚਾਹ ਨੇ ਇਨਸ਼ਾਅੱਲਾ ਤਾਲਾ, ਤੇ ਅੱਲਾ ਪਾਕ ਕਰ ਸੀ ਕੋਈ ਨਾ ਕੋਈ ਮਤਲਬ ਬੰਦੋਬਸਤ ਹੋ ਜਾ ਸੀ ਇਨਸ਼ਾਅੱਲਾ, ਥਾਈ ਤੇਰਾ ਕਮਰਾ ਸ਼ਮਰਾ ਕੋਈ ਸੈਟਲਮੈਂਟ ਕਰ ਦੇ, ਉਹ ਅੱਲਾ ਪਾਕ ਬਣਾਉਣਾ ਹੈ, ਸਾਡੀ ਕੀ ਔਕਾਤ ਹੈ ਬਾਈ, ਠੀਕ ਹੈ ਨਾ, ਉਹ ਰੱਬ ਸੋਹਣੇ ਦੀ ਮਰਜ਼ੀ ਹੈ ਜਿਵੇਂ ਉਹ ਚਾਹੇ ਕਰੇ, ਠੀਕ ਹੈ ਨਾ। ਬਾਕੀ ਸਟੋਰ ਹੋਣਾ ਚਾਹੀਦਾ, ਵੈਸੇ ਵੀ ਮਸਜਿਦ ਹੈ ਨਾ ਸਟੋਰ ਹੋਣਾ ਚਾਹੀਦਾ, 100 ਚੀਜ਼ ਮਤਲਬ ਉਹ ਚੀਜ਼ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਮਸਜਿਦ 'ਚ ਨਹੀਂ ਰੱਖਣੀਆਂ ਪਾਉਂਦੀਆਂ, ਸਟੋਰ ਵੈਸੇ ਵੀ ਹੋਣਾ ਚਾਹੀਦਾ। ਹਾਂ ਤੇ ਉਹ ਚਲੋ ਤੇਰੇ ਕੰਮ ਆ ਜਾ ਸੀ ਮੌਜ਼ਨ ਬੰਦੇ ਦੇ ਇਨਸ਼ਾਅੱਲਾ, ਅੱਲਾ ਖੈਰ ਕਰ ਸੀ ਗਿਆ ਕੋਈ 8-10 ਫੁੱਟਾ ਕਮਰਾ ਪਰਲੇ ਪਾਸੇ ਨਾ ਜ਼ਰੂਰ ਇਨਸ਼ਾਅੱਲਾ, ਰੱਬ ਦੀ ਦਾਤ ਪਾਕ ਨੇ ਤੋਫੀਕ ਦਿੱਤੀ ਤਾਂ ਆਪਾਂ ਬਣਾ ਲਈ ਸੀ, ਲਵਾਣੀਆਂ ਟੂਟੀਆਂ ਪਰ ਇਨਸ਼ਾਅੱਲਾ ਸਾਰਾ ਟੂਟੀਆਂ ਵਾਲਾ ਸਿਸਟਮ ਬਣਾ ਰਹੇ। ਹਾਂਜੀ ਟੂਟੀਆਂ ਲੱਗਣਗੀਆਂ ਪਰ ਉਹ ਬਣਦੇ ਪੈਣ ਦੁਆ ਗੁਸਲਖਾਨੇ, ਠੀਕ ਹੈ ਨਾ, ਉਹ ਨਾਵਣ ਛਾਵਣ ਵਾਲਾ ਹਿਸਾਬ ਕਿਤਾਬ ਕਰ ਲਈ ਸਾਂ ਵਿੱਚ, ਬਾਕੀ ਟੂਟੀਆਂ ਲੱਗ ਜਾ ਸਨ, 4 ਦੀਵਾਰੀ ਕਰਾ ਕੇ ਗੇਟ ਤੱਕ ਇਨਸ਼ਾਅੱਲਾ ਇਹਨੂੰ ਮੁਕੰਮਲ ਕਰਕੇ ਦੱਸਾਂ, ਠੀਕ ਹੈ ਨਾ। ਚੈੱਕ ਕਰੋ ਬਾਈ ਸਾਹਿਬ ਕਾਹ ਦਾ ਵਿੱਚ ਨਾਮੋ ਨਿਸ਼ਾਨ ਨਹੀਂ ਰਿਹਾ, ਵੇਖੋ ਮਿੱਟੀ ਮਿੱਟੀ ਹੋ ਗਈ ਸਾਰੀ ਹੈ। ਬਾਕੀ ਜਿਹੜਾ ਥੋੜ੍ਹਾ ਬਹੁਤਾ ਹੈ ਨਾ ਉਹ ਜਦੋਂ ਧੁੱਪ ਲੱਗਣੀ ਸਾਰਾ ਸੁੱਕ ਸੁੱਕ ਜਾਣਾ, ਬਲਕਿ ਉਂਝ ਹੀ ਥੱਲੇ ਦਬਿਆ ਜਾਣਾ।